ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਕੱਢ ਕੇ ਦਿਖਾਇਆ। ਇੰਨੀਆਂ ਤਾਲੀਆਂ ਨਾ ਵਜਾਓ, ਐਵੇਂ ਮਹਾਰਾਜ ਜੀ ਸੁਣ ਲੈਣਗੇ ਵੀ ਮੇਰੀ ਕੌਮ ਇੰਨੀ ਜਾਗਦੀ ਹੈ, ਐਵੇਂ ਮਹਾਰਾਜ ਜੀ ਗੁੱਸਾ ਕਰੂਗੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁੱਸਾ ਕਰ ਲੈਣਗੇ ਵੀ ਮੇਰੀ ਕੌਮ ਨੂੰ ਇੰਨੀ ਜਾਗਰਤੀ ਆ ਗਈ ਹੈ ਵੀ ਮੇਰੇ ਨਾਂ 'ਤੇ ਤਾਲੀਆਂ ਵੀ ਵਜਣ ਲੱਗ ਪਈਆਂ। ਓਹੋ ਹੋ ਹੋ, ਮੇਰੇ ਨਾਂ 'ਤੇ ਲੰਗਰ ਚੱਲਣਾ ਚਾਹੀਦਾ, ਮੇਰੇ ਨਾਂ 'ਤੇ ਤਾਲੀਆਂ ਨਹੀਂ ਵੱਜਣੀਆਂ ਚਾਹੀਦੀਆਂ। ਹੁਣ ਇਹ ਦੇਖ ਲਓ ਵੀ ਤੁਸੀਂ ਕਿੰਨੀਆਂ ਕੁ ਤਾਲੀਆਂ ਗੁਰੂ ਮਹਾਰਾਜ ਵਾਸਤੇ ਵਜਾਉਣੀਆਂ, ਮੈਨੂੰ ਨਹੀਂ ਪਤਾ। ਇਸ ਸਰਜ਼ਮੀਨ ਦੇ ਉੱਤੇ ਮੇਰੇ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਹੋਏ ਹੈ, ਔਰ ਤੁਸੀਂ ਅਤੇ ਅਸੀਂ ਸਾਰੇ ਬਹੁਤ, ਆਪਾਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਕਿ ਅਸੀਂ ਉਸ ਨਗਰੀ ਦੇ ਵਿੱਚ, ਅਸੀਂ ਉਸ ਨਗਰੀ ਦੇ ਉਸ ਸਰਜ਼ਮੀਨ ਦੇ ਨੇੜੇ ਤੇੜੇ ਪੈਦਾ ਹੋਏ ਹਾਂ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੋਏ ਹੈ। ਉਹ ਡੇਰਾ ਚੱਕ ਹਕੀਮ, ਮੈਂ ਗੱਲ ਅਕਸਰ ਕਹਿੰਦਾ ਹੁੰਦਾ ਕੱਕਾ, ਮੈਂ ਗੱਲ ਕਰਦਾ ਇੱਕ ਮਿੰਟ, ਜਰਾ ਗਾਉਣ ਨਹੀਂ ਲੱਗਾ ਜੀ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜੇ ਇਨਸਾਨ ਮੁਸਲਮਾਨ ਗਰੀਬ ਹੈ ਉਹ ਮੱਕਾ ਮਦੀਨੇ ਵਿੱਚ ਨਹੀਂ ਜਾ ਸਕਦੇ, ਉਹਨਾਂ ਦਾ ਹੱਜ ਮਡਾਲੀ ਦਰਬਾਰ ਦੇ ਵਿੱਚ ਹੋ ਜਾਂਦਾ, ਔਰ ਜਿਹੜੇ ਗਰੀਬ ਇਨਸਾਨ ਇਸ ਦੁਨੀਆ ਪੰਜਾਬ 'ਚ ਰਹਿੰਦੇ ਹੈ, ਜਿਹੜੇ ਬੇਗਮਪੁਰਾ ਦੇ ਵਿੱਚ ਕੰਛੀ ਦੇ ਵਿੱਚ ਨਹੀਂ ਜਾ ਸਕਦੇ, ਉਹਨਾਂ ਦਾ ਚੱਕ ਹਕੀਮ ਆ ਕੇ ਹੱਜ ਹੋ ਜਾਂਦਾ। ਨਾ ਤੁਸੀਂ ਕੰਛੀ ਨਹੀਂ ਚੱਲੀਆਂ ਭੈਣਾਂ, ਇਹ ਖਰੇ ਮੇਰੇ ਕੱਪੜੇ ਦੇਖਣ ਆਈਆਂ ਸੀ ਵੀ ਬਦਲੇ ਆ ਜੇ ਪੁਰਾਣੇ ਪਾ ਕੇ ਆ ਗਿਆ, ਲੈ ਕਮਾਲ ਹੋ ਗਈ। ਕੁੜੇ ਤੂੰ ਬਹਿ ਜਾ, ਉਹ ਜਿੱਥੇ ਆਪਣੇ ਗੁਰੂ ਦੀ ਗੱਲ ਚੱਲਦੀ ਹੋਵੇ ਉੱਥੇ ਨਾ ਭੁੱਖ ਲੱਗਦੀ ਹੈ, ਨਾ ਕੋਈ ਦੁੱਖ ਆਉਂਦਾ ਨੇੜੇ, ਨਾ ਸੁੱਖ ਦੁੱਖ ਭੁੱਖ ਤੋਂ ਬੰਦਾ ਉੱਪਰ ਉੱਠ ਜਾਂਦਾ, ਅਤੇ ਤੁਹਾਡਾ ਤਾਂ ਧਿਆਨ ਲੰਗਰ ਵੱਲੋਂ ਆ ਕਿਤੇ ਮੁੱਕੇ ਨਾ ਜਾਵੇ। ਇੱਕ ਵਾਰੀ ਗੁਰੂ ਮਹਾਰਾਜ ਦੇ ਨਾਂ 'ਤੇ ਤਾਲੀਆਂ ਵਜਾਓ ਜ਼ੋਰ ਨਾਲ, ਔਰ ਇੱਕ ਤਾਲੀ ਜਿਹਨਾਂ ਦਾ ਮੇਲਾ ਹੋ ਰਿਹਾ, ਇਹ ਮਾਘੀ ਦਾ ਦਿਨ ਹੈ, ਬਾਪੂ ਅਤਰਾ ਦਾਸ ਜੀ ਮਹਾਰਾਜ ਮਸਤਾਂ ਦੇ ਜਰਨੈਲ, ਜ਼ੋਰਦਾਰ ਤਾਲੀ ਮਸਤਾਂ ਦੇ ਨਾਂ 'ਤੇ ਦਾਸ ਜੀ ਦੀ ਕਿਰਪਾ ਦੇ ਨਾਲ ਹੋਇਆ। ਔਰ ਅਮੈਰੀਕਾ ਦੇ ਵਿੱਚ ਇੱਕ ਬਹੁਤ ਅੱਛਾ ਨਾਮ ਹੈ ਅਤੇ ਇਹ ਦਰਬਾਰ ਦਾ ਸੇਵਾਦਾਰ ਹੈ, ਉਹ ਸਾਡਾ ਸੁਖਦੇਵ ਸਾਹਿਲ। ਇੱਕ ਵਾਰੀ ਫਿਰ ਜ਼ਰਾ ਖੜ੍ਹੇ ਹੋ ਕੇ ਦੇਖੋ, ਤਾਲੀਆਂ ਵੱਜਦੀਆਂ ਜ਼ਰਾ ਤੁਹਾਡੇ ਲਈ। ਮੈਂ ਲਵਜੂ ਕਹਿੰਦਾ, ਮੈਂ ਕੁਛ ਨਵਾਂ ਸੁਣਾਉਣ ਲੱਗਿਆ ਸੀ ਪਰ ਸਰਕਾਰ ਦਾ ਹੁਕਮ ਹੈ, ਮਹਾਰਾਜ ਜੀ ਦਾ ਹੁਕਮ ਹੈ, ਇਹ ਕਹਿੰਦੇ ਪਹਿਲਾਂ ਉਹੀ ਸੁਣਨਾ ਅਤੇ ਤੁਸੀਂ ਵੀ ਸੁਣ ਲਿਓ। ਐਸੀ ਹੋਵੇ ਯਾਰੀ ਐਸੀ ਹੋਵੇ ਯਾਰੀ ਐਸੀ ਹੋਵੇ ਯਾਰੀ ਤਾਂ ਗੱਲ ਫੱਬਦੀ ਏ ਉਹ
ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਹਾਂ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ। ਤੁਹਾਡੀ ਲੱਗੀ ਮਸਤਾਂ ਨਾਲ? ਤਾਲੀ ਤਾਂ ਵੱਜੀ ਨਹੀਂ। ਆਓ ਜੀ, ਰੈਡੀ, ਵਨ ਵਨ ਟੂ ਵਨ ਟੂ ਥ੍ਰੀ। ਐਸੀ ਹੋਵੇ ਯਾਰੀ, ਐਸੀ ਹੋਵੇ ਯਾਰੀ, ਹਾਂ ਐਸੀ ਹੋਵੇ ਯਾਰੀ, ਐਸੀ ਹੋਵੇ ਯਾਰੀ, ਐਸੀ ਹੋਵੇ ਯਾਰੀ ਤਾਂ ਗੱਲ ਫੱਬਦੀ ਏ, ਐਸੀ ਹੋਵੇ ਯਾਰੀ ਤਾਂ ਗੱਲ ਫੱਬਦੀ ਏ, ਐਸੀ ਹੋਵੇ ਯਾਰੀ ਤਾਂ ਗੱਲ ਫੱਬਦੀ ਏ। ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ। ਲੱਗੀ 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 ਸ਼ਾਹ ਮਨਸੂਰ ਦੀ ਦੁਨੀਆ ਗਾਉਂਦੀ ਏ, ਲੱਗੀ ਸ਼ਾਹ ਮਨਸੂਰ ਦੀ ਦੁਨੀਆ ਗਾਉਂਦੀ ਏ, ਸ਼ਮਸ਼ ਤਵਰੇ ਦੀ ਤਵਰੇ ਦੀ ਸ਼ਮਸ਼ ਤਵਰੇ ਦੀ ਪੁੱਠੀ ਕੱਲ ਲਾਉਂਦੀ ਏ, ਸ਼ਮਸ਼ ਤਵਰੇ ਦੀ ਪੁੱਠੀ ਕੱਲ ਲਾਉਂਦੀ ਏ। ਨਾ ਕੀਤੀ ਕੋਈ ਪਰਵਾਹ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ, ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ। ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ। ਸੁਣ ਮੀਰਾਂ ਦਾ ਕੀ ਸਮਝ ਆਉਂਦਾ ਏ, ਹਾਂ ਸੁਣ ਮੀਰਾਂ ਦਾ ਕੀ ਸਮਝ ਆਉਂਦਾ ਏ, ਸੁਣ ਮੀਰਾਂ ਦਾ
ਕੀ ਦਮ ਜਾਉਂਦਾ ਏ ਸਾਈ ਲਾਡੀ ਸ਼ਾਵੀ ਲਾਡੀ ਸ਼ਾਵੀ ਸਾਈ ਲਾਡੀ ਸ਼ਾਵੀ ਹੱਕ ਦੇ ਨਾਰੇ ਲਾਉਂਦਾ ਏ ਉਹ ਸਾਈ ਲਾਡੀ ਸ਼ਾਵੀ ਹੱਕ ਦੇ ਨਾਰੇ ਲਾਉਂਦਾ ਏ ਸਾਈ ਲਾਡੀ ਸ਼ਾਵੀ ਹੱਕ ਦੇ ਨਾਰੇ ਲਾਉਂਦਾ ਏ ਬਾਪੂ ਦੀ ਗੁਲਾਮੀ ਕੀਤੀ ਬਾਪੂ ਦੀ ਗੁਲਾਮੀ ਕੀਤੀ ਬਾਪੂ ਦੀ ਗੁਲਾਮੀ ਕੀਤੀ ਬਾਪੂ ਦੀ ਗੁਲਾਮੀ ਕੀਤੀ ਰਹਿਮਤ ਵਸਦੀ ਏ 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 ਓਏ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਏ ਲੱਗਦੀ ਏ ਹਾਏ ਮੁਰਸ਼ਦ ਮੇਰਾ ਮੁਰਸ਼ਦ ਮੇਰਾ ਹਾਂ ਮੁਰਸ਼ਦ ਮੇਰਾ ਮੁਰਸ਼ਦ ਮੇਰਾ ਆ ਹਾਂ ਉੱਥੇ ਹੀ ਜਾਣਾ ਹੁਣ ਮੈਂ ਮੈਂ ਕਿਹਾ ਮੁਰਸ਼ਦ ਮੇਰਾ ਮੁਰਸ਼ਦ ਮੇਰਾ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਦੱਸਦਾ ਏ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਵਸਦਾ ਏ ਓਏ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਦੱਸਦਾ ਏ ਮੁਰਸ਼ਦ ਮੇਰਾ ਬੈਰਸੀਆਂ ਵਿੱਚ ਵਸਦਾ ਏ ਦਾਦਾ ਅਲੀ ਅਹਿਮਦ ਦਾਦਾ ਅਲੀ ਅਹਿਮਦ ਦਾਦਾ ਅਲੀ ਅਹਿਮਦ ਸਰਕਾਰ ਮਡਾੜੀ ਵਸਦਾ ਏ ਦਾਦਾ ਅਲੀ ਅਹਿਮਦ ਸਰਕਾਰ ਮਡਾੜੀ ਵਸਦਾ ਏ ਦਾਦਾ ਅਲੀ ਅਹਿਮਦ ਸਰਕਾਰ ਮਡਾੜੀ ਵਸਦਾ ਏ ਪੈਰਾਂ ਤੇ ਬਣਾਈ ਚਾ ਇਹ ਗੱਲ ਸੱਚ ਦੀ ਏ ਓਏ ਮਸਤਾਂ ਦੀ ਨਾਲ ਕਿਸੇ ਕਿਸੇ ਦੀ ਲੱਗਦੀ ਏ ਸਤਸੰਗ ਜੀ ਮਸਤਾਂ ਦੇ ਨਾਲ ਕਿਸੇ ਕਿਸੇ ਦੀ ਲੱਗਦੀ ਕਾਕੇ ਹੈਲੋ ਬੇਟਾ ਇਹਦੀ ਬੋਡੀ ਅਪ ਕਰੋ ਜਰਾ ਡਲੇ ਨੂੰ ਕਢਾ ਦਿਓ ਮੈਂ ਦੱਸਣਾ ਚਾਹੁੰਦਾ ਹੈਲੋ ਹੈਲੋ ਇਹਨੂੰ ਅਪ ਕਰੋ ਸਾਹ ਜ਼ਿਆਦਾ ਆ ਇਹ ਤੋਂ ਸਤਸੰਗ ਜੀ ਉਸ ਯਾਰੀ ਦੀ ਮੈਂ ਗੱਲ ਕਰਦਾ ਜਿਹੜੀ ਯਾਰੀ ਪੀਰ ਬਾਬਾ ਅਬਦੁੱਲੋ ਸ਼ਾਹ ਸਰਕਾਰ ਨੇ ਸੰਤ ਹੀਰਾ ਦਾਸ ਜੀ ਮਹਾਰਾਜ ਜੀ ਦੇ ਨਾਲ ਨਿਭਾਈ ਹੈ ਮੈਂ ਉਸ ਯਾਰੀ ਦੀ ਗੱਲ ਕਰਦਾ ਜਿਹੜੀ ਯਾਰੀ ਦਾਦਾ ਅਲੀ ਅਹਿਮਦ ਸ਼ਾਹ ਸਰਕਾਰ ਨੇ ਬਾਪੂ ਅਤਰਾ ਦਾਸ ਮਹਾਰਾਜ ਜੀ ਦੇ ਨਾਲ ਨਿਭਾਈ ਹੈ ਜ਼ੋਰਦਾਰ ਤਾਲੀਆਂ ਯਾਰੀ ਵਾਸਤੇ ਇੱਥੇ ਹੀ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਜੇ ਮੇਰੇ ਨਾਲ ਨਾਲ ਤਾਲੀਆਂ ਵਜਾਇਓ ਹੈਲੋ ਹਾਂਜੀ ਤਾਲੀਆਂ ਹੈਲੋ ਘੱਟ ਗਿਆ ਬਹੁਤ ਜ਼ਿਆਦਾ ਘੱਟ ਗਿਆ ਯਾਰ ਮੇਨ ਮੈਕ ਨੂੰ ਘਟਾਈ ਜਾਂਦੇ ਆ ਤੁਸੀਂ ਹੈਲੋ ਰੱਬ ਨੂੰ ਮਨਾਉਣਾ ਮੇਰੇ ਕੋਲ ਆ ਜਾਓ ਠੀਕ ਹੈ ਸਰਕਾਰ
ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੀ ਹੱਥ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੀ ਹੱਥ, ਜੇ ਤੂੰ ਰੱਬ ਨੂੰ ਮਨਾਉਣਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਬਣ ਕੰਜਰੀ ਤੂੰ ਭੁੱਲੇ ਵਾਂਗੂ ਘੁੰਗਰੂ ਵੀ ਪਾ, ਬਣ ਕੰਜਰੀ ਤੂੰ ਭੁੱਲੇ ਵਾਂਗੂ ਘੁੰਗਰੂ ਵੀ ਪਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ, ਸਿਰ ਯਾਰ ਦੀਆਂ ਕੰਧ ਮੱਝ ਵੇਖ ਧਰ ਕੇ, ਸਿਰ ਯਾਰ ਦੀਆਂ ਕੰਧ ਮੱਝ ਵੇਖ ਧਰ ਕੇ, ਜੇ ਤੂੰ ਜਿੱਤ ਯਾਰ ਜੋ ਤੈਨੂੰ ਕਹਿੰਦਾ ਉਹ ਕੂੜਾ, ਜੋ ਤੈਨੂੰ ਕਹਿੰਦਾ ਯਾਰ, ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ, ਯਾਰ ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ, ਓਏ ਯਾਰ ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ, ਯਾਰ ਜੋ ਤੈਨੂੰ ਕਹਿੰਦਾ ਉਹ ਕਰਕੇ ਦਿਖਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੀ ਔਖਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਅੱਜ ਮੈਂ ਲੜ ਲੱਗ ਗਈ ਤੇਰੇ, ਮੈਂ ਲੜ ਲੱਗ ਗਈ ਤੇਰੇ ਮੇਰੇ ਸਹਿਬਾ, ਮੈਂ ਲੜ ਲੱਗ ਗਈ ਤੇਰੇ, ਮੇਰੀ ਬਾਣਾ ਛੋੜਿਓ ਜੀ, ਆਓ ਜੀ ਸਰਕਾਰ ਮਹਾਰਾਜ ਜੀ, ਇਹ ਤੁਹਾਨੂੰ ਤੁਹਾਨੂੰ ਸੁਣਾ ਰਿਹਾ ਖਾਸ ਕਰਕੇ, ਹਲਕੀ ਹਲਕੀ ਤਾਲੀ ਵਜਾ ਕੇ ਸਾਜਾਂ ਨੂੰ ਘਟਾ ਲਓ, ਤਾਲੀ ਹਲਕੀ ਹਲਕੀ ਵਜਾ ਕੇ। ਇਹ ਤੁਹਾਡੇ ਸਾਰਿਆਂ ਲਈ ਕਹਿੰਦਾ, ਮੈਂ ਆਪਣੇ ਵੱਲੋਂ ਵੀ ਕਹਿੰਦਾ, ਮੈਂ ਵੀ ਇਹ ਗੱਲ ਕਹਿ ਰਿਹਾ, ਮਹਾਰਾਜ ਵੀ ਕਹਿ ਰਹੇ ਹੈ। ਕਿਹੜੀ? ਮੇਰੀ ਬਾਣਾ ਛੋੜਿਓ ਜੀ,
ਤੂੰ ਮੇਰੀ ਬਹਨਾ ਜੋੜਿਆ ਜੀ ਮੇਰੀ ਬਹਨਾ ਛੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਉਹ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਸਹਿਬਾ ਮੈਂ ਲੜ ਲੱਗ ਗਈ ਤੇਰੇ ਹਾਂ ਮੈਂ ਲੜ ਲੱਗ ਗਈ ਤੇਰੇ ਸਹਿਬਾ ਮੈਂ ਲੜ ਲੱਗ ਗਈ ਤੇਰੇ ਮੈਂ ਲੜ ਲੱਗ ਗਈ ਤੇਰੇ ਮੇਰੇ ਸਹਿਬਾ ਮੈਂ ਲੜ ਲੱਗ ਗਈ ਤੇਰੇ ਮੈਂ ਲੜ ਲੱਗ ਗਈ ਤੇਰੇ ਮੇਰੇ ਸਹਿਬਾ ਮੈਂ ਲੜ ਲੱਗ ਗਈ ਤੇਰੇ ਮੇਰੀ ਆਸ ਨਾ ਤੋੜੀ ਵੇ ਤੂੰ ਮੇਰੀ ਆਸ ਨਾ ਮੇਰੀ ਆਸ ਨਾ ਤੋੜੀ ਵੇ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਉਹ ਮੇਰੀ ਬਹਨਾ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਉਹ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਉਹ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਕੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਬਾਣ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਦੁਰ ਦੁਰ ਕਰਨ ਸਹੇਲੀਆ ਮੈਨੂੰ 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 ਦੁਰ 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 ਕਰਨ ਸਹੇਲੀਆ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਜੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਲਾਜਪਾਲ ਪਰੀ ਤੂੰ ਤੋੜਦੇ ਨਹੀਂ ਲਾਜਪਾਲ ਪਰੀ ਤੂੰ ਤੋੜਦੇ ਨਹੀਂ ਹਾਂ ਲਜਲਾ ਲਜਮਾ ਹਾਂ ਲਾਜਪਾਲ ਪਰੀ ਲਜਪਾਲ ਪਰੀ ਤੂੰ ਤੋੜਦੇ ਨਹੀਂ ਲਜਪਾਲ ਪਰੀ ਤੂੰ ਤੋੜਦੇ ਨਹੀਂ ਲਜਪਾਲ ਪਰੀ ਤੂੰ ਤੋੜਦੇ ਨਹੀਂ ਜਿਹਦੀ ਬਾਹ ਫੜਦੇ ਫਿਰ ਛੋੜਦੇ ਨਹੀਂ ਮੇਰੀ ਬਹਨਾ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਬਹਨਾ ਛੋੜਿਓ ਜੀ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਅਰਜ਼ ਕਰਾਂ
ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਮੇਰੀ ਪਹਾੜਾ ਬਾਪੂ ਜੀ ਮੈਂ ਲੜ ਲੱਗ ਗਈ ਤੇਰੇ ਫਰਕ ਦੇ ਗੁੱਸੇ ਦੇ ਵਿੱਚ ਡਾਣੇ ਸਾਡਾ ਖੂਨ ਰਗਾਂ ਵਿੱਚ ਖੋਲੇ ਦਲੇਰੀਆਂ ਠਾਠਾਂ ਮਾਰਦੀਆਂ ਜਵਾਨੀ ਜਨਮ ਪੱਟਣ ਨੂੰ ਕਾਲੀਏ ਜ਼ਾਲਮ ਸਰਕਾਰ ਦੀਆਂ ਹੁਣ ਦੱਸੋ ਕਿਹਨੂੰ ਕਿਹਨੂੰ ਚੰਗਾ ਲੱਗਿਆ ਹੁਣ ਸਾਰਾ ਸੁਣ ਲਿਓ ਜੇ ਤੁਸੀਂ ਪਾਸ ਕਰੋਗੇ ਤਾਂ ਇਹਨੂੰ ਮੈਂ ਜਲਦੀ ਮਾਰਕੀਟ 'ਚ ਦੇ ਦੇਣਾ ਤੁਹਾਡੇ ਤੋਂ ਪਾਸ ਕਰਾਉਣਾ ਸਰਕਾਰ ਇੱਕ ਇੱਕ ਲਫ਼ਜ਼ ਧਿਆਨ ਨਾਲ ਸੁਣਿਓ ਵਨ ਹੁਣੇ ਭਾਅ ਜੀ ਨੇ ਲੈ ਕੇ ਲਿਆ ਕੇ ਦਿੱਤਾ ਮੈਂ ਇੱਦਾਂ ਪੜ੍ਹ ਦੇਣਾ ਵਨ ਟੂ ਵਨ ਟੂ ਥ੍ਰੀ ਜਵਾਨੀ ਜੜਾ ਪੱਟਣ ਨੂੰ ਕਾਲੀ ਜ਼ਾਲਮ ਸਰਕਾਰ।
ਕੇ ਐਨਆਰਸੀ ਦੇ ਪੰਗੇ, ਲੀਡਰ ਖੁਦ ਭੜਕਾਉਂਦੇ ਡੰਗੇ, ਪਾ ਕੇ ਐਨਆਰਸੀ ਦੇ ਪੰਗੇ, ਲੀਡਰ ਖੁਦ ਭੜਕਾਉਂਦੇ ਡੰਗੇ, ਉਹ ਚੱਲਦੀਆਂ ਗੋਲੀਆਂ ਵੱਜਦੇ ਡੰਡੇ, ਉਹ ਚੱਲਦੀਆਂ ਗੋਲੀਆਂ ਵੱਜਦੇ ਡੰਡੇ, ਅਣਖਾਂ ਹੈ ਬੰਗਾਰ ਦੀਆਂ ਜਵਾਨੀ ਜੜਾ ਪੱਟਣ ਨੂੰ ਕਾੜੀਏ, ਜ਼ਾਲਮ ਸਰਕਾਰ ਦੀਆਂ ਤਸ਼ਰੀਫ ਲੈ ਕੇ ਆਏ ਆ ਮੈਂ ਜੀ, ਐਂ ਕਹਿੰਦਾ ਵੈਲਕਮ। ਇਹ ਵੀ ਕੌਮ ਦੇ ਸਰਮਾਇਆ, ਇਹਨਾਂ ਨੇ ਬੜਾ ਅੱਛਾ ਲਿਖਿਆ, ਕ੍ਰਾਂਤੀਕਾਰੀ ਵੀ ਲਿਖਿਆ, ਇਹਨਾਂ ਨੇ ਗੁਰੂ ਅਰਦਾਸ ਮਹਾਰਾਜ ਦੀ ਜੀਵਨੀ ਵਿੱਚੋਂ ਵੀ ਲਿਖਿਆ, ਬਹੁਤ ਅੱਛਾ। ਬਾਬਾ ਸਾਹਿਬ ਔਰ ਸਮਰਪਿਤ ਨੇ ਕੌਮ ਨੂੰ, ਮਹਿੰਦਰ ਮੇਰੂ ਸਾਹਿਬ, ਮੈਂ ਜੀ ਐਂ ਕਹਿੰਦਾ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ ਰਾਜਾ ਸਾਹਿਬ ਜੀ, ਉਹ ਧੁੱਪਾਂ ਦਾ ਨੀ ਡਰੀ ਮੈਨੂੰ, ਧੁੱਪਾਂ ਦਾ ਨੀ ਡਰੀ ਮੈਨੂੰ, ਸ਼ਾਮਾਂ ਮੇਰੇ ਨਾਲ ਨੇ ਲੋਕੋ, ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਵਾਹ ਗੱਲ ਮਾ ਭਾਜੀ, ਤਾੜੀ ਵਜਾਤੀ ਉਹਨਾਂ ਨੇ, ਪਰਚੀ ਪਾਤੀ ਹੈ। ਅੱਛਾ ਜੀ, ਉਹ ਟਾਈਮ ਦੀ ਗੱਲ ਹੈ, ਹੋਰ ਤਾਂ ਗੱਲ ਨਹੀਂ, ਸੁਣਨਾ ਤਾਂ ਕੀ ਹੈ। ਵਨ ਵਨ ਟੋ ਦਰੀ ਕਿੰਨਾ ਸੋਹਣਾ ਗਾਣਾ ਲਿਖਿਆ ਉਹਨੇ, ਲਿਖਿਆ ਵੀ ਜਦੋਂ ਮੈਂ ਘਰੋਂ ਤੁਰਦਾ ਬੰਗਾ ਸਾਹਿਬ,
ਤੇ ਮੈਂ ਦੁਆ ਕਿਹਦੀ ਲੈ ਕੇ ਤੁਰਦਾ, ਇਸ ਕਰਕੇ ਮੈਨੂੰ ਕਾਮਯਾਬੀ ਮਿਲਦੀ ਹੈ। ਕੀ ਕਹਿੰਦਾ? ਮਾਂ ਦੇ ਪੈਰ ਚੁੰਮ ਕੇ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਦਾ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਦਾ। ਉਹ ਲੱਗਦਾ ਏ ਮੰਜ਼ਿਲਾ, ਲੱਗਦਾ ਏ ਮੇਰੀ ਮਾਂ ਦੀਆਂ ਦੁਆ ਮਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਬੜੀ ਖੁਸ਼ੀ ਦੀ ਗੱਲ ਹੈ। ਸਾਡੇ ਦਰਮਿਆਨ ਡਾਕਟਰ ਸਾਹਿਬ ਜੀ ਤਸ਼ਰੀਫ ਲੈ ਕੇ ਆਏ ਹੈ। ਡਾਕਟਰ ਗੁਰਮੁਖ, ਡਾਕਟਰ ਗੁਰਮੁਖ ਜੱਸਾ ਸਾਹਿਬ ਜੀ ਤਸ਼ਰੀਫ ਲੈ ਕੇ ਆਏ। ਮੈਂ ਡਾਕਟਰ ਸਾਹਿਬ ਨੂੰ ਜੀ ਇਹ ਕਹਿੰਦਾ ਜੀ, ਸਾਰੀ ਸੰਗਤ ਵੱਲੋਂ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਮਿਹਰਬਾਨ। ਹਾਂਜੀ, ਸਿਖਰੇ ਦੇ ਪੈਰੇ, ਹਾਂ ਸਿਖਰੇ ਦੇ ਪੈਰੇ ਸ਼ਾਹੀਦੀ ਯਾਦ ਮਾਂ ਦੀ ਆਉਂਦੀ ਏ, ਸਿਖਰੇ ਦੇ ਪੈਰੇ ਸ਼ਾਹੀਦੀ ਯਾਦ ਮਾਂ ਦੀ ਆਉਂਦੀ ਏ, ਸਿਖਰੇ ਦੇ ਪੈਰੇ ਜਦੋਂ ਯਾਦ ਮਾਂ ਦੀ ਆਉਂਦੀ ਏ, ਲੱਗਦਾ ਏ ਠੰਡੀਆਂ, ਲੱਗਦਾ ਏ ਠੰਡੀਆਂ ਹਵਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਮਾਂ ਦੀਆਂ ਦੁਆ ਮਾਂ ਮੇਰੇ ਨਾਲ ਨੇ, ਫਟੇ ਮਾਂ ਦੀਆਂ ਦੁਆ ਮਾਂ ਮੇਰੇ ਨਾਲ ਨੇ, ਓਏ ਲੋਕੋ ਮੇਰੀ ਮਾਂ ਦੀਆਂ ਮੇਰੇ ਨਾਲ ਨੇ, ਓਏ ਲੋਕੋ ਮੇਰੀ ਮਾਂ ਦੀਆਂ ਮੇਰੇ ਨਾਲ ਨੇ, ਓਏ ਲੋਕੋ ਮੇਰੀ ਮਾਂ ਦੀਆਂ ਨਾਲ ਨੇ।
ਓ ਮੇਰੇ ਮੁਰਸ਼ਦ ਮਨ ਵਿੱਚ ਲਾਈ ਹੋ ਨਫੀ ਅਸਬਾਦ ਦਾ ਹੋ ਪਾਣੀ ਮਿਲਿਆ ਓ ਹਰ ਰਗੇ ਹਰ ਓ ਜਾਈ ਹੂ ਮੁਰਸ਼ਦ ਸੋਹਣਾ ਓ ਜਿਸ ਇਹ ਬੂਟੀ ਲਾਈ ਹੂ ਇਹ ਮੀਂਹ ਨੇਰੀ ਇਹ ਸਾਰੀਆਂ ਮਾਲਕਾਂ ਦੀ ਖੇਡਾਂ ਹੈ। ਇੰਨੀ ਠੰਡ ਬੜਿਆਂ ਸਾਲਾਂ ਬਾਅਦ ਪਈ ਹੈ, ਕਹਿੰਦੇ 49 ਸਾਲ ਬਾਅਦ ਭਾਅ ਜੀ ਦੁਬਾਰਾ ਪਈ। ਇਹ ਵੀ ਉਹਦੀ ਖੇਡ ਹੈ, ਉਹਦੀ ਰਚਨਾ ਹੈ। ਅੱਜ ਬਿਲਕੁਲ ਧੁੱਪ ਚੜ ਗਈ, ਇਹ ਵੀ ਉਹਦੀ ਖੇਡ ਹੈ। ਮਾਲਕ ਦੀਆਂ ਖੇਡਾਂ ਰਚਾਈਆਂ ਹੋਈਆਂ ਨੇ ਮਸਤਾ ਭਰਾ ਦਾਸ ਮਹਾਰਾਜ ਦੀਆਂ, ਸਤਿਗੁਰ ਰਵਿਦਾਸ ਮਹਾਰਾਜ ਦੀਆਂ। ਜਿਹੜੇ ਮੰਨਦੇ ਨੇ ਇਸ ਗੱਲ ਨੂੰ, ਇੱਕ ਵਾਰੀ ਤਾੜੀ ਸਰਕਾਰ ਦੇ ਨਾਂ 'ਤੇ, ਮੇਰੀਆਂ ਭੈਣਾਂ ਵੀ, ਜਿੰਨੀ ਕੁ ਸੰਗਤ ਵਿੱਚ। ਸਾਈਆਂ ਦੀਆਂ ਖੇਡਾਂ ਹੋ ਮੇਰੇ ਸੋਹਣਿਆ ਹੋ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਿਆ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਓ ਮੇਰੇ ਸਾਈਂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਜੀ। ਓਕੇ ਦਰਵਾਜ਼ਾ ਕਹਿੰਦੇ ਨੇ ਰੱਬ ਦਰਵਾਜ਼ਾ ਕਹਿੰਦੇ ਨੇ ਰੱਬ ਦਰ
ਇੱਕ ਵਾਰੀ ਤਾੜੀ ਜਿਹਨਾਂ ਨੂੰ ਮੇਲੇ ਦੀ ਖੁਸ਼ੀ ਹੈ, ਸਰਕਾਰ ਦੇ ਮੇਲੇ ਦੀ, ਸਾਰੇ ਜਾਣੇ ਸਾਰੀ ਸੰਗਤ ਵੱਲੋਂ, ਮੇਰੇ ਦਾਤਿਆ ਤੇਰੀਆਂ ਰਚਾਈਆਂ ਖੇਡ ਸਾਰੀਆਂ, ਤੇਰੀਆਂ ਰਚਾਈਆਂ ਖੇਡ ਸਾਰੀਆਂ, ਮੇਰੇ ਦਾਤਿਆ ਤੇਰੀਆਂ ਰਚਾਈਆਂ ਖੇਡ ਸਾਰੀਆਂ, ਮੇਰੇ ਦਾਤਾ ਜੀ ਮਹੰਤ ਹੀਰਾ ਦਾਸ ਬਾਬਾ ਅਤਰਾ ਦਾ ਤੇਰੀਆਂ ਰਚਾਈਆਂ ਖੇਡ ਸਾਰੀਆਂ, ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਹੋ ਲੋਕੀ ਤੱਕ ਦੇ ਐਬ ਗੁਨਾਹ ਮੇਰੇ, ਉਹ ਮੈਂ ਤੇ ਤੱਕਦਾ ਰਹਿਮਤਾਂ ਤੇਰੀਆਂ ਨੂੰ, ਪੀਰ ਸ਼ਿਕਾਰ ਗਏ ਨੇ ਪੀਰ ਸ਼ਿਕਾਰ ਗਏ, ਉਹ ਪੁੱਛਣ ਵਾਲਾ ਦਾ ਹਾਲ ਗਏ ਨੇ, ਰਹਿੰਦੇ ਇੱਕ ਦਿਨ ਪੀਰ ਸ਼ਿਕਾਰ ਗਏ ਨੇ, ਇੱਕ ਦਿਨ ਪੀਰ ਸ਼ਿਕਾਰ ਗਏ, ਉਹ ਪੁੱਛਣ ਬੁੜੀ ਦੀ ਸਾਰ ਗਏ ਨੇ, ਬੁੜੀ ਦੀ ਸਾਰ ਗਏ ਨੇ, ਹੋ ਮੇਰੇ ਦਾਤਿਆ ਤੇਰੀਆਂ ਰਚਾਈਆਂ ਖੇਡ ਸਾਰੀਆਂ, ਮੇਰੇ ਸਾਈਂ ਜੀ ਤੇਰੀਆਂ ਰਚਾਈਆਂ ਖੇਡ ਸਾਰੀਆਂ, ਖੇਡ ਸਾਰੀਆਂ, ਬਹੁਤ ਸਾਰਾ ਆਸ਼ੀਰਵਾਦ ਸਾਡੇ ਮਾਤਾ ਜੀ ਹੋਣਾ ਵੱਲੋਂ। ਸਾਈਆਂ ਦਾ ਹੱਥ ਹੋਵੇ ਪਿੱਛੇ ਵੱਜਦੇ ਤੁਣਕਿਆਂ ਨਾਲ ਨੱਚੇ, ਜਿਹਦੇ ਪਈ ਖਸਮ ਦੀ ਨੱਥ ਹੋਵੇ, ਉਹਦਾ ਦੁਨੀਆ ਵਿੱਚ ਪਰਤੱਖ ਹੋਵੇ, ਵਿੱਚ ਪਰਤੱਖ ਹੋਵੇ, ਉਹਦਾ ਦੁਨੀਆ ਵਿੱਚ ਪਰਤੱਖ ਹੋਵੇ, ਉਹ ਜਿੱਥੇ ਜੀ ਕਰਦਾ ਉੱਥੇ ਭੌਂਕ ਆਵੇ, ਕਿਉਂਕਿ ਉੱਥੇ ਸਰਕਾਰ ਦੀ ਮੋਹਰ ਹੁੰਦੀ, ਅਸੀਂ ਜਿੱਥੇ ਮਰਜ਼ੀ ਬੋਲੀਏ
ਉਹਨਾਂ ਨੂੰ ਪਤਾ ਕਿ ਸਾਡੇ ਬੱਚੇ ਆ, ਸਰਕਾਰ ਦੀਆਂ ਗੱਲਾਂ ਨੇ। ਉਹ ਮੈਂ ਕੁੱਤਾ ਤੇਰੇ ਦਰ ਦਾ ਤੇ ਮੈਨੂੰ ਲੋਕ ਸਲਾਮਾ ਕਰਦੇ ਨੇ। ਭਾਜੀ ਦੇਹਰਾਦੂਨ ਮਹਾਰਾਜ ਵਾਲਿਆਂ ਦੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਸੇਵਾਦਾਰ ਆ ਔਰ ਤੁਹਾਨੂੰ ਲੋਕ ਐਡੇ ਐਡੇ ਅਫਸਰ ਸਲਾਮ ਕਰਦੇ, ਕਿਹਨਾਂ ਦੀ ਬਦੌਲਤ? ਉਹਨਾਂ ਸਰਕਾਰਾਂ ਦੀ ਬਦੌਲਤ। ਤੁਹਾਡਾ ਆਪਣਾ ਇੰਨਾ ਪਿਆਰ ਹੈ ਕਿਉਂ? ਉਹ ਮੈਂ ਕੁੱਤਾ ਤੇਰੇ ਦਰ ਦਾ ਉਹ ਮੈਨੂੰ ਲੋਕ ਸਲਾਮਾ ਕਰਦੇ ਨੇ। ਉਹ ਲੜ ਫੜਿਆ ਦੇਹਰਾਦੂਨ ਵਾਲਿਆਂ ਦਾ ਉਹ ਜਿਹਦੇ ਕੁਤਬ ਵੀ ਪਾਣੀ ਭਰਦੇ ਨੇ। ਉਹ ਲੜ ਫੜਿਆ ਬਾਬਾ ਅਤਰਾ ਦਾਸ ਮਹਾਰਾਜ ਦਾ ਉਹ ਜਿਹਦਾ ਕੁਤਬ ਵੀ ਪਾਣੀ ਭਰਦੇ। ਸੋਨੇ ਦੇ ਸਿੱਕੇ ਚਾੜਦੇ ਉਹ ਜੁੱਤੇ ਫਕੀਰ ਦੇ, ਸੋਨੇ ਦੇ ਸਿੱਕੇ ਚਾੜਦੇ ਹੋ ਜੁੱਤੇ ਫਕੀਰ ਦੇ। ਸਾਈਂ ਦਾ ਕੁੱਤਾ ਹੋਵੇ, ਜੰਗਲ ਦਾ ਸ਼ੇਰ ਹੋਵੇ, ਉਹ ਕੁੱਤੇ ਤੋਂ ਸ਼ੇਰ ਡਰ ਜਾਂਦਾ ਕਿਉਂਕਿ ਉੱਤੇ ਸਾਈਂ ਦੀ ਮੋਹਰ ਲੱਗੀ ਹੁੰਦੀ ਹੈ, ਜਕਾਰਾ ਸੱਚੀ ਸਰਕਾਰ ਦਾ। ਜਿਹੜੇ ਇਸ ਗੱਲ ਨੂੰ ਸਹਿਮਤ ਹੈ ਤਾੜੀ ਲਾ ਦਿਓ ਮਸਤਾਂ ਦੇ ਨਾਂ 'ਤੇ। ਸੋਨੇ ਦੇ ਸਿੱਕੇ ਚਾੜਦੇ ਉਹ ਜੁੱਤੇ ਫਕੀਰ ਦੇ, ਭਾਜੀ ਕੀ ਹੈ? ਸ਼ੇਰਾਂ ਦੇ ਥੱਪੜ ਮਾਰਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, 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 ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ। ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ, ਫਕੀਰ ਦੇ ਜੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਫਕੀਰ ਦੇ। ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ, ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ। ਮਸਤ ਅਤਰਾ ਦਾਸ ਮਹਾਰਾਜ ਜਿਹਨਾਂ ਨੂੰ ਨਾ ਖਾਣ ਦਾ ਫਿਕਰ ਨਾ ਪੀਣ ਦਾ ਫਿਕਰ, ਰੱਖ ਲਾ ਪੁੱਤ, ਰੱਖ ਲਾ ਚੀਜ਼ੀ ਲੈ ਲਈ ਮੇਰਾ ਪੁੱਤ। ਇਹ ਮੇਰੇ ਕੁੜੀ ਵੀ ਐਡੀ ਕੀ ਹੈ ਭਾਜੀ, ਕੋਈ ਫੇਸ ਮੂਹਰੇ ਆ ਜਾਂਦਾ, ਮੈਂ ਤੁਹਾਨੂੰ ਦੇ ਕੇ ਆਇਆ ਲੋਹੜੀ, ਲੈ ਮੇਰੇ ਵੱਲੋਂ ਲੋਹੜੀ ਆ ਤੈਨੂੰ, ਲੈ ਤਾਂ ਭਾਜੀ ਨਾ ਪੀਣ ਦਾ ਫਿਕਰ ਏ, ਨਾ ਸੌਣ ਦਾ ਫਿਕਰ, ਪੀਣ ਦਾ ਫਿਕਰ
ਨਾ ਸੌਣ ਦਾ ਫਿਕਰ, ਨਾ ਨਹਾਉਣ ਦਾ ਫਿਕਰ, ਨਾ ਲਾਉਣ ਦਾ ਫਿਕਰ, ਨਾ ਪੀਣ ਦਾ ਫਿਕਰ, ਨਾ ਖਾਣ ਦਾ ਫਿਕਰ, ਨਾ ਖਾਣ ਦਾ ਫਿਕਰ, ਨਾ ਲਾਉਣ ਦਾ ਫਿਕਰ, ਨਾ ਪਾਉਣ ਦਾ ਫਿਕਰ, ਨਾ ਪਾਉਣ ਦਾ ਫਿਕਰ। ਕੀ ਹੁੰਦਾ ਫਕੀਰਾਂ ਕੋਲ? ਹੁੰਦੀ ਏ ਪਾਟੀ ਲੋਈ, ਹੁੰਦੀ ਏ ਪਾਟੀ ਲੋਈ ਉੱਤੇ ਫਕੀਰ ਦੇ, 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 ਪਾਟੀ ਲੋਈ ਉੱਤੇ ਫਕੀਰ ਦੇ। ਸ਼ੇਰਾਂ ਦੇ ਥੱਪੜ ਮਾਰਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਫਕਰਾਂ ਨੂੰ ਦਿੱਤਿਆਂ ਤਾਂ ਕੁਝ ਨਹੀਂ ਉਹ ਘਟਦਾ, ਫਕਰਾਂ ਨੂੰ ਦਿੱਤਿਆਂ ਤਾਂ ਕੁਝ ਨਹੀਂ ਉਹ ਘਟਦਾ। ਤਾਂਹੀ ਉਹ ਕਹਿੰਦੇ ਆ ਕਿ ਦਾਨ ਕਰਿਆ ਕਰੋ, ਕਿੱਥੇ ਜਿੱਥੇ ਚੌਵੀ ਚੌਵੀ ਘੰਟੇ ਲੰਗਰ ਚੱਲਦਾ, ਕੋਈ ਭੁੱਖਾ ਆਣ ਕੇ ਅੰਨ ਤਾਂ ਖਾਜੂ, ਤੁਹਾਡੇ ਦੁੱਖ ਦੂਰ ਹੋ ਜਾਣਗੇ, ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਕਿਸੇ ਚੰਗੀ ਜਗ੍ਹਾ ਲੱਗ ਜੂਗਾ। ਜਕਾਰਾ ਸੱਚੀ ਸਰਕਾਰ ਦਾ। ਉਹ ਫਕਰਾਂ ਨੂੰ ਦਿੱਤਿਆਂ ਤਾਂ ਕੁਝ ਨਹੀਂ ਉਹ ਘਟਦਾ, ਇੱਕ ਮੁੱਠੀ ਪਾਈਏ ਤਾਂ ਹਜ਼ਾਰ ਗੁਣਾ ਵੱਧਦਾ, ਇੱਕ ਮੁੱਠੀ ਪਾਈਏ ਤਾਂ ਹਜ਼ਾਰ ਗੁਣਾ ਵੱਧਦਾ, ਇਹ ਨਾ ਸੋਚੋ ਕਿ ਫਕੀਰ ਕਿੱਥੋਂ ਪੈਸੇ ਸਿੱਟੀ ਜਾਂਦਾ, ਉਹਦੀ ਤਪੜੀ ਝਾੜ ਕੇ ਨਾ ਕਿਤੇ ਦੇਖ ਲਿਓ ਕਿ ਨਹੀਂ ਜੀ, ਇਹ ਤਾਂ ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ। ਆਪੇ ਹੀ ਰੱਬ ਸਾਰਦਾ, ਆਪੇ ਹੀ ਰੱਬ ਸਾਰਦਾ, ਹਾਂਜੀ ਆਪੇ ਹੀ ਰੱਬ ਸਾਰਦਾ, ਆਪੇ ਹੀ ਰੱਬ ਸਾਰਦਾ ਬੁੱਤੇ ਫਕੀਰ ਦੇ, 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 ਸਾਰਦਾ ਬੁੱਤੇ ਫਕੀਰ ਦੇ, ਰੱਬ ਸਾਰਦਾ ਬੁੱਤੇ ਫਕੀਰ ਦੇ। ਸ਼ੇਰਾਂ ਦੇ ਥੱਪੜ ਮਾਰਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ, ਸੋਨੇ ਦੇ ਸਿੱਕੇ ਝਾੜਦੇ ਕੁੱਤੇ ਫਕੀਰ ਦੇ, ਸੋਨੇ ਦੇ ਸਿੱਕੇ ਝਾੜਦੇ ਕੁੱਤੇ ਫਕੀਰ ਦੇ।
ਦਰਬਾਰ ਕੀ ਜੈ। ਉਹ ਮਸਤ ਤਾਂ ਸਾਰਿਆਂ ਦਾ ਬੇੜਾ ਪਾਰ ਲਾਉਂਦੇ ਨੇ, ਮਸਤ ਤਾਂ ਸਾਰਿਆਂ ਦਾ ਬੇੜਾ ਪਾਰ ਲਾਉਂਦੇ ਨੇ। ਗੌਸ ਪਾਕ ਪੀਰ ਕਹਿੰਦੇ ਮੁਰਦੇ ਜਗਾਉਂਦੇ ਨੇ, ਗੌਸ ਪਾਕ ਪੀਰ ਕਹਿੰਦੇ ਮੁਰਦੇ ਜਗਾਉਂਦੇ ਨੇ। ਮਸਤ ਤਾਂ ਸਾਰਿਆਂ ਦਾ ਬੇੜਾ ਪਾਰ ਲਾਉਂਦੇ ਨੇ, ਮਸਤ ਤਾਂ ਸਾਰਿਆਂ ਦਾ ਬੇੜਾ ਪਾਰ ਲਾਉਂਦੇ ਨੇ। ਗੌਸ ਪਾਕ ਪੀਰ ਕਹਿੰਦੇ ਮੁਰਦੇ ਜਗਾਉਂਦੇ ਨੇ, ਗੌਸ ਪਾਕ ਪੀਰ ਕਹਿੰਦੇ ਮੁਰਦੇ ਜਗਾਉਂਦੇ ਨੇ। ਰਹਿੰਦੇ ਨੇ ਨੈਣ ਜਾਗਦੇ ਕਿ ਨਹੀਂ ਭਾਜੀ? ਕਈ ਕਹਿ ਦਿੰਦੇ ਫਕੀਰ ਅੱਖਾਂ ਮੀਟ ਕੇ ਪਤਾ ਨਹੀਂ ਕੀ ਕਰੀ ਜਾਂਦਾ, ਕਿਹੜੀ ਰਜ਼ਾ 'ਚ ਆ, ਪਰ ਇਹ ਅੱਖਾਂ ਤਾਂ ਜਾਗਦੀਆਂ ਰਹਿੰਦੀਆਂ ਸਰਕਾਰ ਦੇ ਨਾਮ ਦੀਆਂ। ਰਹਿੰਦੇ ਨੇ ਨੈਣ ਜਾਗਦੇ, ਰਹਿੰਦੇ ਨੇ ਨੈਣ ਜਾਗਦੇ, ਸੁੱਤੇ ਫਕੀਰ ਦੇ, ਰਹਿੰਦੇ ਨੇ ਨੈਣ ਜਾਗਦੇ, ਸੁੱਤੇ ਫਕੀਰ ਦੇ। ਰਹਿੰਦੇ ਨੇ ਨੈਣ ਜਾਗਦੇ ਸੁੱਤੇ ਫਕੀਰ ਦੇ, ਰਹਿੰਦੇ ਨੇ ਨੈਣ ਜਾਗਦੇ ਸੁੱਤੇ ਫਕੀਰ ਦੇ, ਸੁੱਤੇ ਫਕੀਰ ਦੇ। ਸ਼ੇਰਾਂ ਦੇ ਥੱਪੜ ਮਾਰਦੇ, ਸ਼ੇਰਾਂ ਦੇ ਥੱਪੜ ਮਾਰਦੇ, ਕੁੱਤੇ ਫਕੀਰ ਦੇ, ਥੱਪੜ ਮਾਰਦੇ, ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ, ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜ ਮਾਰਦੇ, ਕੁੱਤੇ ਫਕੀਰ ਦੇ। ਕਿਹਨਾਂ ਕਿਹਨਾਂ ਨੂੰ ਮਸਤਾਂ ਤੇ ਭਰੋਸਾ ਜਿਹੜਾ ਹੱਥ ਖੜੇ ਕਰਕੇ ਜਿਹਨਾਂ ਨੇ ਸਰਕਾਰ ਨੇ ਸਾਰਾ ਕੁਛ ਜਕਾਰਾ ਸੱਚੀ ਸਰਕਾਰ ਦਾ। ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ। ਜਿਹਨਾਂ ਜਿਹਨਾਂ ਨੇ ਆਪਣੇ ਕੰਮ ਕਰਾਉਣੇ ਮੇਰੇ ਨਾਲ ਗਾਇਓ, ਮਸਤ ਅਤਰਾ ਦਾਸ ਮਹਾਰਾਜ ਦੇ ਦਰਬਾਰ ਦੇ ਆਪਾਂ ਮੋਹਰੇ ਬੈਠੇ ਹਾਂ। ਰੱਖ ਮਸਤਾਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਮਸਤਾਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ 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 ਤੇ ਭਰੋਸਾ ਤੇਰੇ ਕੰਮ ਹੋਣਗੇ। ਕਦੋਂ ਹੋਣੇ ਕੰਮ? ਜਦੋਂ ਸਰਕਾਰ ਦੀ ਰਹਿਮਤ ਹੋ ਗਈ। ਬਹੁਤੀ ਲੱਗਣੀ ਨਹੀਂ ਦੇ, ਲੱਗਣੀ ਨਹੀਂ ਦੇ, ਬਹੁਤੀ ਲੱਗਣੀ ਨਹੀਂ ਦੇ, ਬਹੁਤੀ ਲੱਗਣੀ ਨਹੀਂ ਦੇ, ਬਹੁਤੀ ਲੱਗਣੀ ਨਹੀਂ ਦੇ, ਬਹੁਤੀ ਲੱਗਣੀ ਨਹੀਂ ਦੇ, ਇੱਕੋ ਦਮ ਹੋਣਗੇ, ਰੱਖ ਦਾਤੇ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ। ਬਹੁਤੀ ਲੱਗਣੀ ਨਹੀਂ ਦੇ, ਬਹੁਤੀ ਲੱਗਣੀ ਨਹੀਂ ਦੇ, ਇੱਕੋ ਦਮ ਹੋਣਗੇ, ਰੱਖ ਪੀਰਾਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਦਾਤੇ ਤੇ ਭਰੋਸਾ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ, ਰੱਖ ਸਾਈਂ ਤੇ ਭਰੋਸਾ ਤੇਰੇ ਕੰਮ ਹੋਣਗੇ। ਖਰੇ ਖੋਟਿਆਂ ਦੀ ਸਾਈਂ, ਖਰੇ ਖੋਟਿਆਂ ਦੀ ਸਾਈਂ ਨਹੀਂ ਉਹ ਕਰਦਾ ਪਛਾਣ, ਖਰੇ ਖੋਟਿਆਂ ਦੀ ਸਾਈਂ ਨਹੀਂ ਉਹ ਕਰਦਾ ਪਛਾਣ।
ਚੋਰੋ ਕੁਤਬ ਬਣਾਵੇ, ਚੋਰੋ ਕੁਤਬ ਬਣਾਵੇ ਪਾਵੇ ਮੋਇਆਂ ਵਿੱਚ ਜਾਨ, ਚੋਰੋ ਕੁਤਬ ਬਣਾਵੇ ਪਾਵੇ ਮੋਇਆਂ ਵਿੱਚ ਜਾਨ, ਚੋਰੋ ਕੁਤਬ ਬਣਾਵੇ ਪਾਵੇ ਮੋਇਆਂ ਵਿੱਚ ਜਾਨ। ਤੇਰੀ ਜ਼ਿੰਦਗੀ ਦੇ ਵਿੱਚ, ਤੇਰੀ ਜ਼ਿੰਦਗੀ ਦੇ